اعوذ باللہ من الشیطان الرجیم، بسم اللہ الرحمن الرحیم، لاکھوں کروڑوں درود و سلام میرے نبی صلی اللہ علیہ وآلہ وسلم پر اور آپ صلی اللہ علیہ وآلہ وسلم کی آل پر۔ السلام علیکم جی، سن رہی ہے گاؤں؟ کتنے کچھ دیر تک سنتی ہے؟ اچھا، کی مانگ رہے ہو؟ دو پینتی۔ اچھا، وپار کرتے ہو یا کار؟ وپار کرتے ہو، کہڑی جگہ تو آئے ہو؟ امرا کلاں۔ ٹھیک ہو گیا، تو گاواں دے کرتے ہو؟ ٹھیک ہو گیا، تو نمبر کی ہے اپنا؟ ایک بار پھر بول دو، 0-332-45-643-635,000 مانگ رہے ہو؟ لو جی جناب، گاؤں ویسے جناب بھراوا نے پوری تسلی نال، جناب بھراوا نے گاؤں ویس لینی ہے، ماشاء اللہ، سر تو لگ کے پیروں تک جناب بھراوا نے گاؤں ویس لینی ہے۔ 235,000 روپیہ ملوں میں جی جناب، امرا کلاں ضلع گجرات ہریاں منڈی ہے جناب، 235,000 روپیہ ملوں میں جناب۔ تے اے اپنا کتنا سوا سونا سو؟ اے ہن تیسرا سوا، تیسرا سوا سونا، اے 80 سو انگے دی وی لوڈ پشاک 15 انجے گل۔ ٹھیک ہو گیا، لو جی ماشاءاللہ جی، ماشاءاللہ، لو جی جناب سو سیل گائیں جناب، تے تیسرا سوا سونا سو جناب، گاں جناب پوری تسلی نال بھراواں نے ویکھ لینی ہے، 235,000 روپیہ ملاں وچ ہو گئی۔ ٹھیک ہو گیا جی، صحیح ہے جناب، ٹھیک ہے، مہربانی۔ السلام علیکم جی۔ وعلیکم السلام، کی حال جناب؟ ٹھیک ہو؟ سونا رہی ہے ماجہ؟ نہیں، اچھا سونا رہی نہیں، یہ کھنگڑ جی ماجہ، کھنگڑ ہے، ٹھیک ہو گیا۔ 5 مہینے میں سوئی ہے، دودھ تے مجھے کو 9 کلو دے، 9 کلو دودھ ہے، 5 مہینے دی سوئی ہے، کتنا سوا سوئی ہے؟ دوسرا سوا سوئی ہے۔ ٹھیک ہو گیا، تے اپنا وپار کردے ہو؟ ہاں جی۔ کیڑی جگہ تو آئے ہو؟ تاروال پہ جی، تاروال۔ ٹھیک ہو گیا، تے نمبر کی ہے اپنا؟ نمبر 0-342 جی جی 69-54-735۔ ایک بار پھر بول دو، 0-342 جی جی 69-54-735۔ لو جی جناب، مجھ ویسے مل کی دسیا جی؟ مل 2,80,000، 2,80,000 روپیہ، 9 کلو تارا نے لو جی جناب، 2,80,000 روپیہ ملوں میں جناب، مجھ 9 کلو تارا نے جناب، دوسرا سویا جناب، مجھ نو 5 مہینے ہو گئے، مجھ نو سویا، مجھ ویکھ لینی جناب بھراوا نے پوری تسلی نال، جناب بھراوا نے مجھ ویکھ لینی ہے، سر تو لا کے پیروں تک جناب بھراوا نے مجھ ویکھ لینی ہے، ماشاء اللہ، ہائے ماشاء اللہ، لو جی جناب، سر تو لا کے پیروں تک جناب بھراوا نے مجھ ویکھ لینی ہے، 2,80,000 روپیہ ملوں میں مجھ، 9 کلو تارا نے مجھ کو۔ السلام
ਅਸਲਾਮ ਅਲੈਕਮ ਜੀ, ਕੀ ਮੰਗ ਰਹੇ ਹੋ ਝੋਟੀ ਦਾ? ਝੋਟੀ ਦਾ 4 ਲੱਖ ਮੰਗ ਰਹੇ। 4 ਲੱਖ ਠੀਕ ਹੋ ਗਿਆ। ਜਾ ਕੇ ਸੋ ਕੱਟੀ ਕੱਟਾ ਕੱਟੀ ਹੈ। ਕਿਤਨੀਆਂ ਕੁ ਧਾਰਾਂ ਸੋ? ਕਿਤਨੀਆਂ ਧਾਰਾਂ ਸੋ? 8 ਕਿਲੋ ਧਾਰਾਂ ਨੇ। 4 ਲੱਖ ਰੁਪਇਆ ਲਓ ਜੀ। 4 ਲੱਖ ਰੁਪਇਆ ਮੁੱਲਾਂ ਵਿੱਚ ਜਨਾਬ, 8 ਕਿਲੋ ਧਾਰਾਂ ਨੇ ਜਨਾਬ, ਜਾਏ ਮਗਰ ਕੱਟੀ ਹੈ ਮਾਸ਼ਾਅੱਲਾ। ਉਹ ਜੀ ਝੋਟੀ ਜਨਾਬ ਭਰਾਵਾਂ ਨੇ ਵੇਖਣੀ ਹੈ ਪੂਰੀ ਤਸੱਲੀ ਨਾਲ। ਜਨਾਬ ਭਰਾਵਾਂ ਨੇ ਝੋਟੀ ਵੇਖ ਲੈਣੀ ਹੈ, ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਝੋਟੀ ਵੇਖ ਲੈਣੀ ਹੈ। ਆ ਰੱਤਾ ਜਾਏ ਜਨਾਬ ਕੱਟੀ ਮਗਰ, 8 ਕਿਲੋ ਧਾਰਾਂ ਨੇ ਜਨਾਬ ਝੋਟੀ ਕੋਲ। ਅੱਛਾ ਜੀ, ਅਸਲਾਮ ਅਲੈਕੁਮ। ਅਤੇ ਆਪਣਾ ਕਿਹੜੀ ਜਗ੍ਹਾ ਤੋਂ ਆਇਓ? ਕਾਮੋ ਕੇ ਸ਼ਹਿਰ ਜਾਂ ਨਾਲ ਕੋ ਪਿੰਡ? ਸ਼ਹਿਰ ਵਿੱਚੋਂ। ਠੀਕ ਹੈ, ਅਤੇ ਇੱਥੇ ਆ ਰਹੇ ਹੋ ਜਿਵੇਂ ਰਾਤ ਨੂੰ ਆਉਂਦੇ ਹੋ? ਠੀਕ ਹੈ। ਨੰਬਰ ਕੀ ਆਪਣਾ? 0300 77 9817 ਜਨਾਬ ਅਗਲੀ ਵੀ ਤੁਹਾਡੀ ਹੈ, ਇਹ ਸੁਣ ਆ ਰਹੀ ਹੈ ਉਹ ਜਾਏ। ਠੀਕ ਹੋ, ਉਹਦਾ ਕੀ ਮੰਗ ਰਹੇ ਹੋ? 5 ਲੱਖ। ਇਹ ਕੱਲ ਦੀ ਸੋਈ ਹੈ? ਠੀਕ ਹੋ ਗਿਆ, ਬੋਲੇ ਵਿੱਚ ਹੈ। ਅਤੇ ਕਿਤਨਾ ਸੋਆ ਸੋਈ ਹੈ? ਤੀਸਰਾ ਸੋਆ। ਲਓ ਜੀ ਜਨਾਬ, 5 ਲੱਖ ਰੁਪਇਆ ਮੁੱਲਾਂ ਵਿੱਚ ਜਨਾਬ ਉਹ ਜਾਏ ਜਨਾਬ ਮਗਰ, ਇਹ ਜਾਏ ਜਨਾਬ। ਅਤੇ ਕੱਲ੍ਹ ਸੋਈ ਹੈ ਜਨਾਬ ਮੱਝ, ਤੀਸਰਾ ਸੋਆ ਸੋਈ ਹੈ ਜਨਾਬ, 5 ਲੱਖ ਰੁਪਇਆ ਮੁੱਲਾਂ ਵਿੱਚ ਜਨਾਬ। ਲਾਲਾ ਜੀ ਕੀ ਮੰਗਦੇ ਹੋ ਗਾਂ ਦਾ? 3-4 ਇਹ ਜਾਸ ਮਗਰ ਵੱਛੀ ਹੈ? ਕਿਤਨੇ ਚਿਰ ਦੀ ਹੈ ਵੱਛੀ? ਦੋਵਾਂ ਮਹੀਨਿਆਂ ਦੀ। ਕਿਤਨੀਆਂ ਕੁ ਧਾਰਾਂ ਸੋ? 16 ਲੀਟਰ। 16 ਲੀਟਰ ਧਾਰਾਂ ਨੇ, 3,40,000 ਰੁਪਇਆ। ਠੀਕ ਹੋ ਗਿਆ। ਕਿਤਵਾ ਸੋਆ ਸੋਈ ਹੈ? ਦੂਜਾ ਸੋਆ, 3,40,000 ਰੁਪਇਆ ਤੇ 16 ਲੀਟਰ ਧਾਰਾਂ ਨੇ। ਤੇ ਵਪਾਰ ਕਰਦੇ ਹੋ? ਕਿਹੜੀ ਜਗ੍ਹਾ ਤੋਂ ਆਇਓ? ਜ਼ਿਲ੍ਹਾ ਜੇਲਮ, ਮਮਿਆਨ ਪਿੰਡ। ਠੀਕ ਹੋ ਗਿਆ। ਨੰਬਰ ਕੀ ਆਪਣਾ? 0340 83 8 91। ਇੱਕ ਵਾਰ ਫਿਰ ਬੋਲ ਦਿਓ, 0340 83 8 91। ਠੀਕ ਹੋ ਗਿਆ। ਤੇ ਗਾਵਾਂ ਦੇ ਕਰਦੇ ਹੋ? ਗਾਵਾਂ ਦੇ ਛੁਟਾ ਦੋ ਜੀ ਜਨਾਬ। ਗਾਂ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ, ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਗਾਂ ਵੇਖ ਲੈਣੀ ਹੈ। ਆਏ ਮਾਸ਼ਾਅੱਲਾ, 3,40,000 ਰੁਪਇਆ ਮੁੱਲਾਂ ਵਿੱਚ ਜਨਾਬ ਗਾਂ।
3,80,000 ਰੁਪਇਆ ਮੁੱਲਾਂ ਵਿੱਚ ਜਨਾਬ 16 ਲੀਟਰ ਧਾਰਾ ਨੇ 2 ਮਹੀਨੇ ਦੀ ਅੱਛੀ ਹੈ ਜਨਾਬ ਮਗਰ ਸਲਾਮ ਅਲੈਕਮ ਜੀ ਕੀ ਹਾਲ ਹੈ ਜਨਾਬ ਠੀਕ ਹੋ ਕੀ ਮੰਗ ਰਹੇ ਹੋ ਮਾਝ ਦਾ ਕੀ ਮੰਗ ਰਹੇ ਹੋ 3,35,000 ਸੋਨ ਆ ਰਹੀ ਹੈ ਕਿ ਸੂਈ ਹੈ ਅੱਛਾ ਖੱਟਾ ਠੀਕ ਹੋ ਗਿਆ ਕਿਤਨੀਆਂ ਕੋ ਧਾਰਾਂ ਸੋ 11 ਕਿਲੋ ਹੈ 11 ਕਿਲੋ ਧਾਰਾਂ ਨੇ 3,35,000 ਰੁਪਇਆ ਤੇ ਵਪਾਰ ਕਰਦੇ ਹੋ ਵਪਾਰ ਕਰਦੇ ਹੋ ਅੱਛਾ ਘਰੇ ਦੀ ਵਪਾਰ ਸ਼ਪਾਰ ਨਹੀਂ ਕਰਦੇ ਕਿਤਨਾ ਸਵਾਸ ਹੋਈ ਹੈ ਪਹਿਲਾਂ ਨੇ ਤੇ ਪਹਿਲੇ ਸੂਏ 3,00,000 ਤੇ 45 3,35,000 ਰੁਪਇਆ ਜਨਾਬ ਪਹਿਲਾ ਸੂਆ 11 ਕਿਲੋ ਧਾਰਾ ਨੇ ਜਾ ਕੇ ਮਗਰ ਕੱਟਾ ਉਹ ਕੱਟਾ ਜਨਾਬ ਜਾ ਮਗਰ ਮਾਸ਼ਾ ਅੱਲਾਹ ਠੀਕ ਹੋ ਗਿਆ ਅਸਲਾਮ ਅਲੈਕਮ ਜੀ ਕੀ ਹਾਲ ਹੈ ਜਨਾਬ ਠੀਕ ਹੋ ਮਾਸ਼ਾਅੱਲਾ ਕੀ ਮੰਗ ਰਹੇ ਹੋ ਗਾਂ ਦਾ 2,80 ਜਾ ਮਗਰ ਕਿਸ ਕੱਟਾ ਵੱਛਾ ਮਗਰ ਠੀਕ ਹੈ 2,80,000 ਰੁਪਇਆ ਸੂਆ ਕਿਤਨਾ ਸੂਈ ਹੈ ਤ੍ਰੀਜਾ ਵਪਾਰ ਕਰਦੇ ਹੋ ਕਿਹੜੀ ਜਗ੍ਹਾ ਤੋਂ ਆਇਓ ਹਾਲੀਆ ਸ਼ਹਿਰ ਅੱਛਾ ਠੀਕ ਹੋ ਗਿਆ ਆਪਣਾ ਨੰਬਰ ਕੀ ਹੈ ਮਗਰ ਵੱਛੀ ਹੈ ਵੱਛੀ ਹੈ 1,50,000 ਰੁਪਇਆ ਜਨਾਬ ਧਾਰਾਂ ਥੋੜੀਆਂ ਠੀਕ ਹੋ ਗਿਆ ਵੀ ਬੜੀ ਗੱਲ ਹੈ ਜਨਾਬ ਤੇ ਨਿਕੇ ਮੰਡੀ 'ਚ ਵੇਖਿਆ ਥੋੜ੍ਹੀਆਂ ਧਾਰਾਂ ਆ ਰਹੀਆਂ ਦੇ ਵਿਵਹਾਰੇ ਚੰਗੇ ਬਣਾ ਲਿਆਉਂਦੇ ਨੇ ਚੰਗਾ ਕੀਤਾ ਜੀ ਜ਼ਬਰਦਸਤ ਲਓ ਜੀ ਜਨਾਬ ਮਾਸ਼ਾਅੱਲਾ ਜੀ ਲਓ ਜੀ ਜਨਾਬ ਦਾ 2,80,000 ਰੁਪਇਆ ਜਨਾਬ ਇਹ ਤਾਂ ਮਗਰ ਜਵਾਬ ਅੱਛਾ ਇਹ ਜਨਾਬ ਡੇਢ ਲੱਖ ਰੁਪਇਆ ਠੀਕ ਹੋ ਗਿਆ ਇਹ ਵੱਛੀ ਹੈ ਜਨਾਬ ਇਹਦੇ ਮਗਰ ਦਾ ਮਾਸ਼ਾਅੱਲਾ ਇਹ ਠੀਕ ਹੈ ਜਨਾਬ ਮਿਹਰਬਾਨੀ ਆ ਬਾਬੂ
ਹਾਂ ਜੀ ਜਨਾਬ ਸੁਣਾਓ ਕੀ ਹਾਲ ਹੈ? ਠੀਕ ਹੋ? ਮਾਸ਼ਾਅੱਲਾ ਜਨਾਬ, ਲੋ ਜੀ ਜਨਾਬ ਬੈਠੇ ਵੇਖਣੇ ਨੇ ਜਨਾਬ, ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਬੈਠੇ ਵੇਖਣੇ ਨੇ, ਮਾਸ਼ਾਅੱਲਾ ਲੋ ਜੀ ਜਨਾਬ, ਜੋੜੀ ਵੇਖਣੀ ਹੈ ਬੈਠਿਆਂ ਦੀ, ਜੋੜੀ ਵੇਖਣੀ ਹੈ ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਬੈਠੇ ਵੇਖ ਲੈਣੇ ਨੇ, ਮਾਸ਼ਾਅੱਲਾ ਸੋਹਣੀ ਜੋੜੀ ਹੈ ਜਨਾਬ, ਦੋਵੇਂ ਦੋਂਦੇ ਨੇ ਚੁਗਦੇ ਨੇ, ਠੀਕ ਹੋ ਗਿਆ ਲੋ ਜੀ ਜਨਾਬ, ਚੁਗੇ ਨੇ ਦੋਵੇਂ। ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਬੈਠੇ ਵੇਖ ਲੈਣੇ ਨੇ, ਚੋਗੇ ਨੇ ਦੋਵੇਂ ਜਨਾਬ, ਮੂੰਹ ਦੇ ਚੋਗੇ ਨੇ ਜਨਾਬ, ਸੋਟੀ ਸਾਈਡ ਤੇ ਰੱਖਦੀ, ਸੋਟੀ ਨੀ ਮਾਰਦੀ, ਜਨਾਬ ਪੂਰੀ ਮੰਡੀ ਦਾ ਜਨਾਬ ਮੂੰਹ ਮੱਥਾ ਲਾੜੇ ਨੇ ਜੀ ਗੱਲ, ਠੀਕ ਹੋ ਗਿਆ ਲੋ ਜੀ, ਇਹਨਾਂ ਦੀ ਗੱਲ ਸੁਣਾਓ ਜੀ, ਇਹ ਫੜੋ। ਸਲਾਮ ਅਲੈਕੁਮ ਲੋ ਜੀ, ਕਿਹੜੇ ਮੁੱਲਾਂ ਵਿੱਚ ਨੇ? ਸੋਲਾਂ ਲੱਖ ਦੀ ਜਨਾਬ ਜੋੜੀ ਲੱਭ ਜਾਏਗੀ ਜਨਾਬ, ਘਰ ਦੇ ਪਾਲੇ ਬੈਠੇ ਨੇ ਜਨਾਬ, ਸੋਨੇ ਬੈਠੇ ਨੇ, ਮਾਸ਼ਾਅੱਲਾ ਜਨਾਬ। ਅੱਛਾ ਤੇ ਆਪਣੀ ਕਿਹੜੀ ਜਗ੍ਹਾ ਤੋਂ ਆਏ ਹੋ? ਸਾਡਾ ਘਰ ਸਿਆਲਕੋਟ। ਸਿਆਲਕੋਟ? ਹਾਂਜੀ। ਵੱਡਾ ਘਰ? ਹਾਂਜੀ। ਠੀਕ ਹੋ ਗਿਆ, ਨੰਬਰ ਆਪਣਾ ਕੀ ਹੈ? 0359 84 73 165। ਇੱਕ ਵਾਰ ਫਿਰ ਬੋਲ ਦਿਓ, 0359 84 73 165। ਹਾਂਜੀ, ਸਿਆਲਕੋਟ। ਹਾਂਜੀ, ਠੀਕ ਹੋ ਗਿਆ। ਇੱਥੇ ਹਰ ਜੁਮੇਰਾਤ ਆਉਂਦੇ ਹੋ? ਅਸੀਂ 12 ਮਹੀਨੇ ਮੰਡੀ 'ਚ ਰਹਿੰਦੇ ਹਾਂ। 12 ਮਹੀਨੇ? ਅੱਛਾ, ਹਾਂ ਬਿਲਕੁਲ ਠੀਕ। ਹਾਂਜੀ ਹਾਂਜੀ, ਮੱਝਾਂ ਦਾ ਡੇਰਾ ਇੱਥੇ 12 ਮਹੀਨੇ। ਬਿਲਕੁਲ ਇਹਦੀ ਗੱਲ ਹੈ। ਲੋ ਜੀ ਜਨਾਬ, ਮੰਡੀ ਦੇ ਵਿੱਚ ਆਉਂਦੇ ਨੇ ਜਨਾਬ, ਬੈਠੇ ਜਨਾਬ ਮੰਡੀ ਦਾ ਜਨਾਬ ਮੂੰਹ ਮੱਥਾ ਬੈਠੇ ਨੇ ਜਨਾਬ, ਦੋਵੇਂ ਬੈਠੇ ਚੰਗੇ ਸੋਹਣੇ ਬੈਠੇ ਨੇ ਜਨਾਬ, ਠੀਕ ਹੈ ਜਨਾਬ, ਠੀਕ ਹੈ ਜਨਾਬ। ਅਦਰਵਾਲ ਸ਼ਾਮ